ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮਨਪ੍ਰੀਤ ਸਿੰਘ ਬਦਨੀ ਕਲਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਯੂਕੇ ਦੇ ਤਾਜ਼ਾ ਹਾਲਾਤਾਂ ਸੰਬੰਧੀ ਵਿਸ਼ੇਸ਼ ਰਿਪੋਰਟ ਲੈ ਕੇ ਤੁਹਾਡੇ ਰੂਬਰੂ ਹੋਏ। ਯੂਕੇ ਵਿੱਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਨਵੇਂ ਇਮੀਗ੍ਰੇਸ਼ਨ ਢਾਂਚੇ ਦਾ ਐਲਾਨ, ਡਾਕਟਰਾਂ, ਨਰਸਾਂ ਅਤੇ ਸਿਹਤ ਸੰਭਾਲ ਨਾਲ ਸੰਬੰਧਿਤ ਲੋਕਾਂ ਦੀਆਂ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ 3 ਹਫ਼ਤਿਆਂ ਵਿੱਚ ਹੋਵੇਗਾ। ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਭਾਰਤੀਆਂ ਸਮੇਤ ਵਿਸ਼ਵ ਭਰ ਦੇ ਨਿਵੇਸ਼ਕਾਂ ਅਤੇ ਹੁਨਰਮੰਦ ਲੋਕਾਂ ਨੂੰ ਮਿਲੇਗਾ ਲਾਭ। ਯੂਕੇ ਵਿੱਚ ਅੱਜ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨਵੇਂ ਇਮੀਗ੍ਰੇਸ਼ਨ ਢਾਂਚੇ ਦਾ ਐਲਾਨ ਕੀਤਾ, ਜਿਸ ਤਹਿਤ ਡਾਕਟਰਾਂ, ਨਰਸਾਂ, ਰੇਡੀਓਗ੍ਰਾਫਰ, ਸੋਸ਼ਲ ਕੇਅਰ, ਐਂਬੂਲੈਂਸ ਕਰਮਚਾਰੀ ਅਤੇ ਸਿਹਤ ਸੰਭਾਲ ਵਾਲੇ ਕਿੱਤਿਆਂ ਨਾਲ ਜੁੜੇ ਲੋਕਾਂ ਦੀਆਂ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ 3 ਹਫ਼ਤਿਆਂ ਵਿੱਚ ਕੀਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਤਿਆਂ ਦੇ ਨਾਲ ਜੁੜੇ ਲੋਕਾਂ ਦੀ ਫੀਸ ਵੀ ਘਟਾਈ ਜਾਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਨਵੇਂ ਨਿਯਮਾਂ ਤਹਿਤ ਯੂਕੇ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਉਤਸ਼ਾਹ ਮਿਲੇਗਾ, ਵਿਸ਼ਵ ਭਾਰਤ ਤੋਂ ਚੰਗੇ ਅਤੇ ਹੁਨਰਮੰਦ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਸਰਕਾਰ ਦੀ ਨਵੀਂ ਯੋਜਨਾ ਤਹਿਤ ਬ੍ਰੈਗਜ਼ਿਟ ਪ੍ਰਕਿਰਿਆ ਖਤਮ ਹੋਣ ਤੋਂ ਉਪਰੰਤ ਜਿਹੜੇ ਲੋਕ ਯੂਕੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਚਾਹਤ ਰੱਖਦੇ ਹੋਣਗੇ, ਉਹਨਾਂ ਨੂੰ ਪੁਆਇੰਟ ਆਧਾਰਿਤ ਵੀਜ਼ਾ ਪ੍ਰਣਾਲੀ ਤਹਿਤ ਆਉਣ ਦੀ ਖੁੱਲ੍ਹ ਹੋਵੇਗੀ। ਇਹ ਨਿਯਮ 1 ਜਨਵਰੀ 2021 ਤੋਂ ਲਾਗੂ ਹੋਣਗੇ, ਜਿਸ ਲਈ ਹਰ ਬਿਨੈਕਾਰ ਦੇ ਘੱਟੋ ਘੱਟ 70 ਪੁਆਇੰਟ ਹੋਣੇ ਜ਼ਰੂਰੀ ਹਨ। ਇਸ ਨਿਯਮ ਤਹਿਤ ਨੌਕਰੀ ਦੀ ਪੇਸ਼ਕਸ਼, PhD ਤੱਕ ਦੀ ਵਿੱਦਿਅਕ ਯੋਗਤਾ ਬਰਾਬਰ ਦੀ ਨੌਕਰੀ, ਅੰਗਰੇਜ਼ੀ ਬੋਲਚਾਲ ਅਤੇ ਨੌਕਰੀ ਪੇਸ਼ਕਸ਼ ਦੀ ਘੱਟੋ ਘੱਟ £22,000 ਸਾਲਾਨਾ ਤਨਖਾਹ ਦੇ ਖਾਸ ਪੁਆਇੰਟ ਮਿਲਣਗੇ। ਨਰਸਾਂ ਅਤੇ ਸਿਵਲ ਇੰਜੀਨੀਅਰ ਆਦਿ ਕਿੱਤਿਆਂ ਵਾਲੇ ਲੋਕਾਂ ਲਈ ਵਾਧੂ ਨੰਬਰ ਗਿਣੇ ਜਾਣਗੇ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸੰਸਦ ਵਿੱਚ ਉਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਯੂਕੇ ਵਿੱਚ ਮਹਾਂਮਾਰੀ ਦੌਰਾਨ ਬਹੁਤ ਸਾਰੇ ਲੋਕ ਕੰਮ ਦੀ ਤਲਾਸ਼ ਕਰ ਰਹੇ ਹਨ, ਪਰ ਨਵੀਂ ਇਮੀਗ੍ਰੇਸ਼ਨ ਨੀਤੀ ਨਿਵੇਸ਼ਕਾਰਾਂ ਨੂੰ ਉਤਸ਼ਾਹਿਤ ਕਰੇਗੀ, ਜਿਸ ਨਾਲ ਯੂਕੇ ਦੇ ਕਾਮਿਆਂ ਨੂੰ ਕੰਮਾਂ ਦੇ ਹੋਰ ਮੌਕੇ ਮਿਲਣਗੇ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਫਰੰਟਲਾਈਨ ਤੇ ਸਿਹਤ ਵਿਭਾਗ ਦੇ ਕਾਮਿਆਂ ਨੂੰ £400 ਸਾਲਾਨਾ ਇਮੀਗ੍ਰੇਸ਼ਨ ਹੈਲਥ ਸਰਚਾਰਜ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ, ਜਦਕਿ ਹੋਰ ਕਿੱਤਿਆਂ ਨਾਲ ਸੰਬੰਧਿਤ ਲੋਕਾਂ ਲਈ ਫੀਸ ਅਦਾ ਕਰਨੀ ਲਾਜ਼ਮੀ ਹੋਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਵਿੱਚ ਵੀ ਸੋਧ ਕੀਤੀ ਜਾਵੇਗੀ, ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਕਰਨ ਤੋਂ ਬਾਅਦ 2 ਸਾਲ ਯੂਕੇ ਵਿੱਚ ਰਹਿ ਸਕਿਆ ਕਰਨਗੇ। ਇਸ ਤੋਂ ਇਲਾਵਾ ਵਿਦੇਸ਼ੀ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੇ ਯੂਕੇ ਵਿੱਚ ਆਉਣ ਤੇ ਪਾਬੰਦੀ ਹੋਵੇਗੀ। 1 ਸਾਲ ਤੋਂ ਵੱਧ ਕੈਦ ਦੀ ਸਜ਼ਾ ਭੁਗਤਣ ਵਾਲੇ ਨੂੰ ਯੂਕੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ, ਅਤੇ ਉਹਨਾਂ ਇਹ ਵੀ ਕਿਹਾ ਕਿ ਯੂਕੇ ਵਿੱਚ 1 ਸਾਲ ਤੋਂ ਵੱਧ ਸਜ਼ਾ ਭੁਗਤਣ ਵਾਲੇ ਵਿਦੇਸ਼ੀ ਨੂੰ ਵਾਪਸ ਭੇਜਿਆ ਜਾ ਸਕੇਗਾ। ਕੋਰੋਨਾ ਮਹਾਂਮਾਰੀ ਸੰਕਟ ਨਾਲ ਨਿਪਟਣ ਲਈ ਅਰਬਪਤੀਆਂ ਨੂੰ ਜ਼ਿਆਦਾ ਟੈਕਸ ਲਗਾਉਣ ਸਰਕਾਰਾਂ, ਅਰਬਪਤੀਆਂ ਵੱਲੋਂ ਸਰਕਾਰਾਂ ਨੂੰ ਪੱਤਰ। ਦੁਨੀਆ ਦੇ ਲਗਭਗ 80 ਅਮੀਰ ਕਾਰੋਬਾਰੀਆਂ ਨੇ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਿਪਟਣ ਲਈ ਸਰਕਾਰਾਂ ਨੂੰ ਅਰਬਪਤੀਆਂ ਨੂੰ ਜ਼ਿਆਦਾ ਟੈਕਸ ਲਗਾਉਣਾ ਚਾਹੀਦਾ ਹੈ। ਇਸ ਪੱਤਰ ਵਿੱਚ ਉਹਨਾਂ ਨੇ ਖੁਦ ਨੂੰ ਮਨੁੱਖਤਾ ਲਈ ਕਰੋੜਪਤੀ ਦੱਸਿਆ ਅਤੇ ਕਿਹਾ ਕਿ ਸਰਕਾਰਾਂ ਨੂੰ ਤੁਰੰਤ ਵਾਜਬ ਅਤੇ ਸਥਾਈ ਤੌਰ ਤੇ ਹੋਰ ਟੈਕਸ ਵਸੂਲਣੇ ਚਾਹੀਦੇ ਹਨ। ਇਸ ਗਰੁੱਪ ਵਿੱਚ ਬੈਨ ਅਤੇ ਜੈਰੀ ਆਈਸਕ੍ਰੀਮ ਦੇ ਸੰਸਥਾਪਕ ਜੈਰੀ ਗ੍ਰੀਨਫੀਲਡ, ਸਕਰੀਨ ਲੇਖਕ ਰਿਚਰਡ ਕਰਟਿਸ ਅਤੇ ਫਿਲਮ ਨਿਰਮਾਤਾ ਐਬੀਗੇਲ ਡਿਜ਼ਨੀ ਆਦਿ ਸ਼ਾਮਲ ਸਨ। ਇਸ ਪੱਤਰ ਵਿੱਚ ਕਰੋੜਪਤੀਆਂ ਨੇ ਲਿਖਿਆ ਕਿ ਜਿਸ ਤਰ੍ਹਾਂ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਸਾਡੀ 'ਚ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਠੀਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਾਵੇ। ਉਹਨਾਂ ਕਿਹਾ ਕਿ ਅਸੀਂ ICU ਵਿੱਚ ਮਰੀਜ਼ਾਂ ਦੀ ਮਦਦ ਨਹੀਂ ਕਰ ਰਹੇ, ਅਸੀਂ ਐਂਬੂਲੈਂਸ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਨਹੀਂ ਲਿਜਾ ਰਹੇ ਅਤੇ ਨਾ ਹੀ ਅਸੀਂ ਕਰਿਆਨਾ ਸਟੋਰਾਂ ਵਿੱਚ ਕੰਮ ਕਰ ਰਹੇ ਹਾਂ, ਪਰ ਸਾਡੇ ਕੋਲ ਪੈਸਾ ਬਹੁਤ ਹੈ ਜਿਸ ਦੀ ਹੁਣ ਬਹੁਤ ਲੋੜ ਹੈ, ਅਤੇ ਅਗਲੇ ਸਾਲਾਂ ਵਿੱਚ ਇਸ ਬਿਮਾਰੀ ਤੋਂ ਉੱਭਰ ਰਹੀ ਦੁਨੀਆ ਨੂੰ ਪੈਸੇ ਦੀ ਜ਼ਰੂਰਤ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮਹਾਂਮਾਰੀ ਦੌਰਾਨ ਕਈ ਦੇਸ਼ਾਂ ਨੇ ਟੈਕਸ ਦਰਾਂ ਵੀ ਵਧਾਈਆਂ ਹਨ। ਪੰਜਾਬੀਆਂ ਨੂੰ ਮੁੜ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਪੱਕਣਾ, ਜਨਗਣਨਾ ਵਿੱਚ ਭਾਰਤੀ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਨ ਤੇ ਰੋਸ।
ਬਰਤਾਨੀਆ ਵਿੱਚ ਮਾਰਚ 2021 ਨੂੰ ਹੋ ਰਹੇ ਮਰਦਮਸ਼ੁਮਾਰੀ ਲਈ ਭਾਈਚਾਰਕ ਸਲਾਹਕਾਰਾਂ ਦੀਆਂ ਨੌਕਰੀਆਂ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਬੋਲੀ ਪੰਜਾਬੀ ਨੂੰ ਨਜ਼ਰਅੰਦਾਜ਼ ਕਰਨ ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਡਾਇਰੈਕਟਰ ਹਰਮੀਤ ਸਿੰਘ ਪਕਨਾ ਨੇ ਕਿਹਾ ਕਿ ਯੂਕੇ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੀ ਵੱਡੀ ਵਸੋਂ ਹੈ, ਜਿਸ ਕਰਕੇ ਹੀ ਯੂਕੇ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਵਜੋਂ ਦੂਜੇ ਅਤੇ ਤੀਜੇ ਸਥਾਨ ਤੇ ਰਹੀ ਹੈ। ਸਾਡੀ ਇਸ ਵਾਰ ਵੀ ਕੋਸ਼ਿਸ਼ ਹੈ ਕਿ ਪੰਜਾਬੀ ਨੂੰ ਯੂਕੇ ਵਿੱਚ ਦੂਜਾ ਸਥਾਨ ਮਿਲੇ ਅਤੇ ਹਰ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਹੀ ਲਿਖਾਵੇ। ਹਰਮੀਤ ਸਿੰਘ ਪਕਨਾ ਨੇ ਕਿਹਾ ਕਿ ਪਤਾ ਨਹੀਂ ਕਿਉਂ ਇਹਨਾਂ ਸੰਬੰਧਿਤ ਵਿਭਾਗ ਨੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨਾਲ ਮੁੜ ਵਿੱਚ ਅਜਿਹਾ ਵਿਤਕਰਾ ਕੀਤਾ ਹੈ। ਪੰਜਾਬੀਆਂ ਨੇ 1947 ਦੀ ਵੰਡ ਵੇਲੇ ਵੱਡਾ ਸੰਤਾਪ ਹੋ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਯੂਕੇ ਵਿੱਚ ਵਸਦੇ ਪੰਜਾਬੀਆਂ ਵਿੱਚ ਕੋਈ ਕੁੜੱਤਣ ਵਧੇ। ਐਮਪੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਵੀ ਇਸ ਸੰਬੰਧੀ ਸ਼ਿਕਾਇਤ ਮਿਲੀ ਹੈ ਅਤੇ ਉਹਨਾਂ ਮਰਦਮਸ਼ੁਮਾਰੀ ਵਿਭਾਗ ਨੂੰ ਇਸ ਸੰਬੰਧੀ ਪੱਤਰ ਲੈ ਕੇ ਇਸਦੇ ਕਾਰਨਾਂ ਬਾਰੇ ਪੁੱਛਿਆ ਹੈ। ਉਹਨਾਂ ਨਾਲ ਹੀ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਅਸੀਂ ਘਰ ਅਤੇ ਸਮਾਜ ਵਿੱਚ ਪੰਜਾਬੀ ਬੋਲਦੇ ਹਾਂ। ਐਮਪੀ ਸ਼ਰਮਾ ਨੇ ਕਿਹਾ ਕਿ ਮੇਰੇ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਲੋਕ ਵੱਸਦੇ ਹਨ, ਇੱਥੋਂ ਤੱਕ ਕਿ ਸਾਊਥ ਆ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ 'ਤੇ ਪੰਜਾਬੀ ਵਿੱਚ ਸਾਈਨ ਬੋਰਡ ਵੀ ਲੱਗੇ ਹੋਏ ਹਨ। ਸ਼੍ਰੀ ਗੁਰੂ ਸਿੰਘ ਸਭਾ ਸਾਊਥਵਾਲ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਮੱਲੀ, ਸ਼੍ਰੀ ਗੁਰੂ ਰਵਿਦਾਸ ਸਭਾ ਸਾਊਥਵਾਲ ਦੇ ਪ੍ਰਧਾਨ ਸ਼੍ਰੀ ਯੋਗਰਾਜ ਅਹੀਰ, ਬੀਜੇਪੀ ਓਵਰਸੀ ਯੂਕੇ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ, ਪੰਜਾਬੀ ਸਾਹਿਤ ਕਲਾ ਕੇਂਦਰ ਯੂਕੇ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਸਲੋਹ ਲੇਖਕ ਅਤੇ ਪਾਠਕ ਸਭਾ ਦੇ ਮਹਿੰਦਰਪਾਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਢਿੱਲੋਂ ਚਰਚਾ ਨੇ ਵੀ ਕਿਹਾ ਕਿ ਭਾਰਤੀ ਪੰਜਾਬ ਦੇ ਲੋਕਾਂ ਦੀ ਪੰਜਾਬੀ ਬੋਲੀ ਨਾਲ ਵਿਤਕਰਾ ਸਹਿਯੋਗ ਨਹੀਂ ਹੋਵੇਗਾ। ਬਾਂਦਰਾਂ ਵੱਲੋਂ ਤੋੜੇ ਜਾਂਦੇ ਥਾਈਲੈਂਡ ਦੇ ਨਾਰੀਅਲਾਂ ਦੀ ਵਿਕਰੀ ਤੇ ਬਰਤਾਨੀਆ ਵਿੱਚ ਪਾਬੰਦੀ। ਦੱਖਣੀ ਥਾਈਲੈਂਡ ਵਿੱਚ ਬਾਂਦਰਾਂ ਤੋਂ ਤੁੜਵਾਏ ਜਾਂਦੇ ਨਾਰੀਅਲਾਂ ਦੀ ਵਿਕਰੀ ਤੇ ਯੂਕੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਸਮਾਜ ਸੇਵੀ ਨੇ ਬਾਂਦਰਾਂ ਤੋਂ ਕੰਮ ਕਰਵਾਏ ਜਾਣ ਦਾ ਮੁੱਦਾ ਚੁੱਕਿਆ। ਪੀਪਲਸ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਬਾਂਦਰਾਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਉਹਨਾਂ ਤੋਂ ਨਾਰੀਅਲ ਤੁੜਵਾਏ ਜਾਂਦੇ ਹਨ। 52 ਸਾਲਾ ਨੀਰਨ ਨੇ ਦੱਸਿਆ ਕਿ ਸੂਰਤਾਨੀ ਸੂਬੇ ਵਿੱਚ ਬਾਂਦਰਾਂ ਨੂੰ ਸਿਖਲਾਈ ਦੇਣ ਲਈ ਇੱਕ ਸਕੂਲ ਚਲਾਇਆ ਜਾਂਦਾ ਹੈ। ਨੀਰਨ ਨੇ ਕਿਹਾ ਕਿ ਜ਼ਿਆਦਾਤਰ ਨਾਰੀਅਲ ਮਨੁੱਖਾਂ ਵੱਲੋਂ ਹੀ ਤੋੜੇ ਜਾਂਦੇ ਹਨ, ਪਰ ਲੰਬੇ ਦਰਖਤਾਂ ਤੇ ਲੱਗੇ ਨਾਰੀਅਲ ਨੂੰ ਤੋੜ ਲਈ ਬਾਂਦਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਸਾਲ ਵਿੱਚ 6 ਜਾਂ 7 ਬਾਂਦਰਾਂ ਨੂੰ ਅਜਿਹੀ ਸਿਖਲਾਈ ਦਿੰਦਾ ਹੈ। ਪੇਟਾ ਰਿਪੋਰਟ ਤੋਂ ਬਾਅਦ ਬਰਤਾਨਵੀ ਖਰੀਦਕਾਰ ਨੇ ਥਾਈਲੈਂਡ ਦੇ ਬਾਂਦਰਾਂ ਤੇ ਬੇਰਹਿਮੀ ਦਾ ਦੋਸ਼ ਲਗਾਉਂਦਿਆਂ ਨਾਰੀਅਲ ਖਰੀਦਣੇ ਬੰਦ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਮੰਗੇਤਰ ਕੈਰੀ ਸਾਈਮਨ ਨੇ ਹੋਰ ਸੁਪਰ ਮਾਰਕੀਟਾਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਹੈ। ਥਾਈਲੈਂਡ ਦੀ ਸਰਕਾਰ ਨੇ ਪੇਟਾ ਰਿਪੋਰਟ ਦਾ ਖੰਡਨ ਕੀਤਾ ਹੈ। ਵੇਲਜ਼ ਵਿੱਚ ਹੋਣ ਲੱਗਾ ਛੁੱਟੀਆਂ ਕੱਟਣ ਦੀ ਬੁਕਿੰਗ ਦਾ ਰੁਝਾਨ ਸ਼ੁਰੂ। ਬਰਤਾਨੀਆ ਦੇ ਵੇਲਜ਼ ਵਿੱਚ ਛੁੱਟੀਆਂ ਕੱਟਣ ਲਈ ਬੁਕਿੰਗ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਕੋਵਿਡ-19 ਕਾਰਨ ਭਾਵੇਂ ਖਤਰਾ ਅਜੇ ਬਣਿਆ ਹੋਇਆ ਹੈ, ਪਰ ਤਾਲਾਬੰਦੀ ਵਿੱਚ ਢਿੱਲ ਮਿਲ ਤੋਂ ਬਾਅਦ ਜਨ ਜੀਵਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਵੇਲਜ਼ ਦੀਆਂ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਲਈ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਮਾਰਚ ਤੋਂ ਬਾਅਦ ਸੈਲਾਨੀਆਂ ਨੂੰ ਅਜਿਹੀਆਂ ਥਾਵਾਂ ਤੇ ਰਹਿਣ ਦੀ ਖੁੱਲ੍ਹ ਦਿੱਤੀ ਗਈ ਹੈ ਜਿੱਥੇ ਪਾਖਾਨੇ ਅਤੇ ਇਸ਼ਨਾਨ ਘਰ ਜਿਹੀਆਂ ਥਾਵਾਂ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ। ਜਿਸ ਲਈ ਲੋਕ ਨਿੱਜੀ ਕਿਰਾਇਆ ਘਰ, ਕੈਰਾਵਨ ਥਾਵਾਂ ਅਤੇ ਹਾਲੀਡੇ ਪਾਰਕ ਬੁੱਕ ਕਰ ਰਹੇ ਹਨ। ਗਾਬਰ ਵਿੱਚ 83 ਹਾਲੀਡੇ ਪਾਰਕ ਨੂੰ ਇੱਕ ਦਿਨ ਵਿੱਚ ਹੀ 300 ਤੋਂ ਜ਼ਿਆਦਾ ਗਾਹਕ ਮਿਲੇ ਹਨ। ਜ਼ਿਕਰਯੋਗ ਹੈ ਕਿ ਵੇਲਜ਼ ਦਾ ਸੈਰ ਸਪਾਟਾ ਕਾਰੋਬਾਰ ਸਿੱਧੇ ਤੌਰ ਤੇ 1,20,000 ਨੌਕਰੀਆਂ ਨਾਲ ਸੰਬੰਧ ਰੱਖਦਾ ਹੈ, ਜੋ ਵੇਲਜ਼ ਦੀਆਂ ਨੌਕਰੀਆਂ ਦਾ 10% ਹਿੱਸਾ ਹੈ। ਇੱਥੇ ਹੀ ਵਸ ਨਹੀਂ, ਵੇਲਜ਼ ਦੀ ਆਰਥਿਕਤਾ ਵਿੱਚ ਸੈਰ ਸਪਾਟਾ ਕਾਰੋਬਾਰ ਦਾ 6% ਯੋਗਦਾਨ ਹੈ। ਯੂਕੇ ਸਰਕਾਰ ਵੱਲੋਂ ਤਾਲਾਬੰਦੀ ਵਿੱਚ ਢਿੱਲ ਦੇ ਕੇ ਆਰਥਿਕਤਾ ਨੂੰ ਮੁੜ ਲੀਹ ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ, ਪਰ ਨਾਲ ਹੀ ਲੋਕਾਂ ਨੂੰ ਸਵੈ ਰੱਖਿਆ ਅਤੇ ਦੂਜਿਆਂ ਦੀ ਰੱਖਿਆ ਲਈ ਸਾਵਧਾਨੀ ਵਰਤਣ ਲਈ ਵੀ ਕਿਹਾ ਜਾ ਰਿਹਾ ਹੈ। ਡਾਕਟਰੀ ਸਹਾਇਤਾ ਲੈ ਰਹੀਆਂ ਔਰਤਾਂ ਨੂੰ ਘਰੇਲੂ ਹਿੰਸਾ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਰਿਪੋਰਟ ਡਾਕਟਰੀ ਸਹਾਇਤਾ ਲੈ ਰਹੀਆਂ ਔਰਤਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਕਿ ਕੀ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਤਾਂ ਨਹੀਂ ਹੋ ਰਹੀਆਂ।
ਇੱਕ ਭਾਰਤੀ ਮੂਲ ਦੀ ਫਾਰਮਾਸਿਸਟ ਦੇ ਕਤਲ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਅਜਿਹਾ ਸਾਹਮਣੇ ਆਇਆ ਹੈ। ਮਈ 2018 ਵਿੱਚ ਮਿਤੇਸ਼ ਪਟੇਲ ਨੇ ਆਪਣੀ ਪਤਨੀ ਜੈਸਿਕਾ ਦਾ ਮਿਡਲਸ ਬਾਰੋ ਘਰ ਵਿਖੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਹ ਆਪਣੇ ਸਮਲਿੰਗੀ ਪ੍ਰੇਮੀ ਨਾਲ ਵਿਦੇਸ਼ ਜਾ ਕੇ ਰਹਿਣਾ ਚਾਹੁੰਦਾ ਸੀ। ਘਰੇਲੂ ਕਤਲ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਕਤਲ ਦੀ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਘਰੇਲੂ ਸ਼ੋਸ਼ਣ ਦੀਆਂ ਨਿਸ਼ਾਨੀਆਂ ਤੋਂ ਜਾਗਰੂਕਤਾ ਬਾਰੇ ਸਬਕ ਸਿੱਖਿਆ ਜਾ ਸਕਦਾ ਹੈ। ਰਿਵਿਊ ਦੌਰਾਨ ਪਤਾ ਲੱਗਾ ਕਿ 34 ਸਾਲਾ ਜੈਸਿਕਾ ਪਟੇਲ ਆਪਣੇ ਪਤੀ ਨਾਲ ਵਿਆਹ ਦੇ 9 ਸਾਲਾਂ ਦੌਰਾਨ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਰਹੀ ਹੈ। ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਘਰੇਲੂ ਹਿੰਸਾ ਤੋਂ ਪੀੜਤ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਕਤਲ ਮਾਮਲੇ ਵਿੱਚ ਮਤੇਸ਼ ਪਟੇਲ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਵਿਸ਼ਵ ਨੂੰ ਚੀਨ ਦਾ ਬਾਈਕਾਟ ਕਰਨ ਲਈ ਲੰਡਨ ਵਿੱਚ ਭਾਰਤੀਆਂ ਵੱਲੋਂ ਸੱਦਾ। ਲੰਡਨ ਵਿੱਚ ਭਾਰਤੀ ਭਾਈਚਾਰੇ ਵੱਲੋਂ ਚੀਨ ਅੰਬੈਸੀ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਚੀਨ ਵੱਲੋਂ ਭਾਰਤੀ ਸਿਪਾਹੀਆਂ ਤੇ ਕੀਤੇ ਹਮਲੇ ਨੂੰ ਲੈ ਕੇ ਸੀ। ਇਸ ਪ੍ਰਦਰਸ਼ਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਫ੍ਰੀ ਤਿੱਬਤ, ਫ੍ਰੀ ਹਾਂਗਕਾਂਗ ਆਦਿ ਦੇ ਨਾਅਰੇ ਲਿਖ ਕੇ ਤਾਕਤੀਆਂ ਨੂੰ ਲਹਿਰਾਇਆ ਅਤੇ ਚੀਨ ਦੀਆਂ ਭਾਰਤ ਦੀਆਂ ਸਰਹੱਦਾਂ ਤੇ ਕੀਤੀ ਗੁੰਡਾਗਰਦੀ ਵਿਰੁੱਧ ਰੱਜ ਕੇ ਨਾਅਰੇ ਲਗਾਏ। ਬੀਜੇਪੀ ਓਵਰਸੀ ਯੂਕੇ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੇ ਕਿਹਾ ਕਿ ਵਿਸ਼ਵ ਨੂੰ ਇਸ ਸਮੇਂ ਸੋਚਣ ਦੀ ਲੋੜ ਹੈ ਅਤੇ ਚੀਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਯੂਕੇ ਵਿੱਚ ਬੈਠਾ ਭਾਰਤੀ ਭਾਈਚਾਰਾ ਸਰਹੱਦਾਂ ਤੇ ਲੜ ਕੇ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਬੀਜੇਪੀ ਓਵਰਸੀ ਦੇ ਕਾਰਕੁਨਾਂ ਨੇ ਇਸ ਮੌਕੇ ਚੀਨ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ। ਯੂਕੇ ਦੇ ਉੱਘੇ ਗਾਇਕ ਬਲਵੀਰ ਬਿੱਟੂ ਦੀ ਮੌਤ। ਯੂਕੇ ਦੇ ਉੱਘੇ ਪੰਜਾਬੀ ਗਾਇਕ ਅਤੇ ਗੀਤਕਾਰ ਬਲਵੀਰ ਬਿੱਟੂ ਦਾਖਿਆਵਾਲਾ ਦੀ ਕੱਲ੍ਹ ਮੌਤ ਹੋ ਗਈ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ। 1984 ਤੋਂ ਯੂਕੇ ਵਿੱਚ ਰਹਿ ਰਹੇ ਬਿੱਟੂ ਨੇ ਪੰਜਾਬੀ ਗਾਇਕੀ ਦੀ ਝੋਲੀ ਵਿੱਚ ਕਈ ਐਲਬਮਾਂ ਪਾਈਆਂ। ਉਹਨਾਂ ਦੇ ਵਿਆਹ ਨਾਲ ਸੰਬੰਧਿਤ ਗੀਤ ਯੂਕੇ ਦੇ ਹਰ ਪੰਜਾਬੀ ਦੇ ਘਰ ਵਿੱਚ ਵੱਜੇ ਅਤੇ ਅੱਜ ਵੀ ਵੱਜ ਰਹੇ ਹਨ। ਬਿੱਟੂ ਦੀ ਤੂੰ ਵੀ ਯੂਕੇ ਵਿੱਚ ਬਹੁਤ ਮਸ਼ਹੂਰ ਰਹੀ ਹੈ। ਉਹਨਾਂ ਕਈ ਭੰਗੜਾ ਗਰੁੱਪ ਬਣਾਏ ਅਤੇ ਦੇਸ਼ ਭਰ ਵਿੱਚ ਪੇਸ਼ਕਾਰੀਆਂ ਕੀਤੀਆਂ। ਬਿੱਟੂ ਦੀ ਮੌਤ MP ਵਰਿੰਦਰ ਸ਼ਰਮਾ, ਜਗਰਾਜ ਸਿੰਘ ਸਰਾਂ, ਸੁਖਦੇਵ ਸਿੰਘ ਔਜਲਾ, ਸੋਖਾ ਢੇਸੀ, ਅਜੀਮ ਸ਼ੇਖਰ, ਸੁਰਿੰਦਰ ਕਲਾਕਾਰ, ਜੰਗਾ ਕੈਥ ਮਿਊਜ਼ਿਕ ਡਾਇਰੈਕਟਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। MP ਵਰਿੰਦਰ ਸ਼ਰਮਾ ਵੱਲੋਂ ਬ੍ਰਿਟਿਸ਼ ਏਅਰਵੇਜ਼ ਤੇ ਹੀਥਰੋ ਦੇ ਕਾਮਿਆਂ ਦੀਆਂ ਨੌਕਰੀਆਂ ਬਚਾਉਣ ਲਈ ਮੁਹਿੰਮ ਸ਼ੁਰੂ। ਈਲਿੰਗ ਸਾਊਥਹਾਲ ਦੇ ਸੰਸਦ ਮੈਂਬਰ ਬਰਿੰਦਰ ਸ਼ਰਮਾ ਨੇ ਬ੍ਰਿਟਿਸ਼ ਏਅਰਵੇਜ਼ ਤੇ ਹੀਥਰੋ ਦੇ ਕਾਮਿਆਂ ਦੀਆਂ ਨੌਕਰੀਆਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਬ੍ਰਿਟਿਸ਼ ਏਅਰਵੇਜ਼ ਵੱਲੋਂ ਬਹੁਤ ਸਾਰੇ ਕਾਮਿਆਂ ਨੂੰ ਕੱਢਿਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਹੀਥਰੋ ਹਵਾਈ ਅੱਡੇ ਤੇ ਕੰਮ ਕਰਨ ਵਾਲੇ ਬਹੁਤ ਸਾਰੇ ਕਾਮਿਆਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ। ਉਹਨਾਂ ਸੰਸਦ ਮੈਂਬਰਾਂ ਵੱਲੋਂ ਨੌਕਰੀ ਬਚਾਓ ਮੁਹਿੰਮ ਦਾ ਹਿੱਸਾ ਬਣਦਿਆਂ ਸਰਕਾਰ ਨੂੰ ਕਿਹਾ ਕਿ ਇਹ ਸੰਕਟਮਈ ਸਮੇਂ ਵਿੱਚ ਹਵਾਈ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਹੋਰ ਯਤਨ ਕਰੇ। ਉਹਨਾਂ ਕਿਹਾ ਕਿ ਕੋਵਿਡ-19 ਕਾਰਨ ਹਵਾਬਾਜ਼ੀ ਕਾਰੋਬਾਰ ਹੀ ਰੁਕ ਗਿਆ ਹੈ। ਅਸੀਂ ਨੌਕਰੀਆਂ ਬਚਾਉਣ ਲਈ ਯੂਨੀਅਨ ਅਤੇ ਸੰਸਦ ਮੈਂਬਰਾਂ ਨਾਲ ਮਿਲ ਕੇ ਵੱਡੀ ਪੱਧਰ ਤੇ ਲੜਾਈ ਲੜ ਰਹੇ ਹਨ। ਉਹਨਾਂ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਵੱਲੋਂ ਜਿਹੜੇ ਕਾਮਿਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਉਹਨਾਂ ਕਿਹਾ ਕਿ ਸਰਕਾਰ ਨੂੰ ਨੌਕਰੀਆਂ ਬਚਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। I'm Virendra Sharma, Member of Parliament for Ealing South Hall. I stand together with my parliamentary colleagues across the political divide in solidarity with British Airways workers who are unfairly punished by BA with job losses during the pandemic. The government must work together to provide job security for these workers who, of no fault of their own, face immense financial burdens and job insecurity after years of loyal service. I have signed hashtag BA Betrayal Action Pledge and encourage my parliamentary colleagues to sign up using the link below.
I am working tirelessly to ensure workers are protected during this crisis. It is time for the government to step up. ਯੂਕੇ ਵਿੱਚ ਕੋਵਿਡ 19 ਤੋਂ ਪ੍ਰਭਾਵਿਤ 11 ਲੋਕਾਂ ਦੀ ਮੌਤ। ਯੂਕੇ ਵਿੱਚ ਕੋਵਿਡ 19 ਦਾ ਖਤਰਾ ਭਾਵੇਂ ਜਿਉਂਦਾ ਤਿਉਂ ਬਣਿਆ ਹੋਇਆ ਹੈ, ਪਰ ਮੌਤ ਦਰ ਵਿੱਚ ਵੱਡੀ ਕਮੀ ਵੇਖੀ ਜਾ ਰਹੀ ਹੈ। ਬੀਤੇ 24 ਘੰਟਿਆਂ ਵਿੱਚ ਕੋਵਿਡ 19 ਤੋਂ ਪ੍ਰਭਾਵਿਤ 11 ਲੋਕਾਂ ਦੀ ਯੂਕੇ ਵਿੱਚ ਮੌਤ ਹੋਈ ਹੈ, ਜਿਸ ਨਾਲ ਮੌਤਾਂ ਦਾ ਕੁੱਲ ਅੰਕੜਾ 44,830 ਤੱਕ ਪਹੁੰਚ ਗਿਆ ਹੈ। ਕੱਲ 2,90,133 ਲੋਕਾਂ ਦੇ ਕੋਵਿਡ 19 ਟੈਸਟ ਕੀਤੇ ਗਏ, ਜਦਕਿ 530 ਨਵੇਂ ਪੋਜ਼ਿਟਿਵ ਮਾਮਲੇ ਵੀ ਸਾਹਮਣੇ ਆਏ ਹਨ। ਏਸੀ ਯੂਕੇ ਤੋਂ ਤਾਜ਼ਾ ਹਾਲਾਤਾਂ ਸੰਬੰਧੀ ਰਿਪੋਰਟ ਹੁਣ ਦਿਓ ਮਨਪ੍ਰੀਤ ਸਿੰਘ ਬਦਨੀ ਕਲਾਂ ਨੂੰ ਇਜਾਜ਼ਤ, ਅਤੇ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ।